ਵਿਖੇ ਸਥਿਤ ਵਿਸ਼ਕਰਮਾ ਮੰਦਿਰ ਨਜ਼ਦੀਕ ਇੱਕ ਘਰ ਵਿੱਚ ਚੋਰਾਂ ਵੱਲੋਂ ਘਰ ਦੇ ਜਿੰਦਰੇ ਤੋੜ ਕੇ 10,000 ਰੁਪਏ ਨਗਦ ਅਤੇ 21 ਤੋਲੇ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਪਤਨੀ ਰਘਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ। ਜਦੋਂ ਉਸਨੇ ਆ ਕੇ ਦੇਖਿਆ ਆਪਣੇ ਘਰ ਦੇਖਿਆ ਤਾਂ ਮੇਨ ਗੇਟ ਅਤੇ ਘਰ ਦੇ ਹੋਰ ਜਿੰਦੇ ਟੁੱਟੇ ਹੋਏ ਸਨ ਅਤੇ ਘਰ ਵਿੱਚ 10,000 ਨਗਦ ਅਤੇ 20 ਤੋਲੇ ਸੋਨਾ ਗਾਇਬ ਸੀ, ਜਿਸ ਸੰਬੰਧੀ ਉਹਨਾਂ ਸ਼ਿਕਾਇਤ ਥਾਣਾ ਫਿਲੌਰ ਵਿਖੇ ਦਿੱਤੀ। ਮੌਕੇ ਤੇ ASI ਸੁਭਾਸ਼ ਪਹੁੰਚੇ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਫਿਲੌਰ ਤੋਂ ਰਾਜਕੁਮਾਰ ਦੀ ਰਿਪੋਰਟ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਮੋਗੇ ਗਈ ਹੋਈ ਸੀ ਆਪਣੇ ਪੇਕੇ ਜੀ ਵੀਰਵਾਰ ਨੂੰ ਜੀ, ਤੇ ਅਸੀਂ ਆ ਹੀ ਜਾਣਾ ਸੀ ਤੋਂ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਨਹੀਂ ਆਇਆ ਜੀ। ਅਸੀਂ ਹੁਣ 11 ਵਜੇ ਆਪਣੇ ਘਰ ਆਏ ਹਾਂ ਜੀ, ਤਾਂ ਸਾਡੇ ਤਾਲੇ ਟੁੱਟੇ ਹੋਏ ਸੀ, ਮੇਰੀ ਸਾਰੀ ਅਲਮਾਰੀ ਖਿਲਰੀ ਪਈ ਹੈ। ਠੀਕ ਹੈ, ਮੇਰਾ ਸਾਰਾ ਕੁਝ ਲੈ ਗਏ, ਲੁੱਟ ਗਏ, ਕੁਛ ਵੀ ਨਹੀਂ ਛੱਡਿਆ। ਕੀ ਲਗਾਇਆ ਪਤਾ ਦੇਖਿਆ ਤੁਸੀਂ, ਚੈੱਕ ਕੀਤਾ? ਮੈਂ ਜੀ ਕੋਈ ਇਸ ਚੀਜ਼ ਨੂੰ ਹੱਥ ਨਹੀਂ ਲਾਇਆ, ਸਾਰਾ ਸਮਾਨ ਮੇਰਾ ਬਾਹਰ ਪੈ ਕੇ ਲਿਆ। ਹਾਂਜੀ, ਕਿੰਨਾ ਗੋਲਡ ਸੀ? ਕੈਸ਼ ਵੀ ਸੀਗਾ? ਕੈਸ਼ ਤਾਂ 10,000 ਰੁਪਇਆ ਸੀ। ਗੋਲਡ ਕਿੰਨਾ ਸੀਗਾ? ਗੋਲਡ ਸੀਗਾ ਹੋਣਾ ਕੋਈ 20-22 ਤੋਲੇ ਸੋਨਾ। 20-22 ਤੋਲੇ ਹੋਏ। ਕੀ ਪ੍ਰਸ਼ਾਸਨ ਆ ਗਿਆ? ਆਏ ਹਾਂ ਜੀ। ਕਿਸੇ ਤੇ ਸ਼ੱਕ ਤੁਹਾਨੂੰ ਕੌਣ ਬੰਦਾ ਹੋ ਸਕਦਾ? ਸ਼ੱਕ ਹੈਗੇ ਆ ਜੀ, ਗਲੀ ਮਹੱਲੇ ਦੇ ਆ ਸਾਡੇ ਚੋਰ। ਓਕੇ ਓਕੇ, ਮੈਨੂੰ ਉਹਨਾਂ ਤੇ ਸ਼ੱਕ ਆ। ਕੀ ਕਾਰਵਾਈ ਕਰਾਉਂਗੇ ਉਹਨਾਂ ਤੇ? ਹਾਂਜੀ, ਮੈਂ ਉਹਨਾਂ ਤੇ ਕਾਰਵਾਈ ਕਰੂੰਗੀ। ਓਕੇ ਓਕੇ, ਤੇ ਜਿਹੜੇ ਲੋਕ ਲੋਕ ਖੋਲੇ ਆ ਉਹ ਚਾਬੀਆਂ ਕਿੱਥੋਂ ਉਹਨਾਂ ਨੇ ਲਈਆਂ? ਚਾਬੀਆਂ ਜਾਣਕਾਰ ਨੂੰ ਕੋਈ ਪਤਾ ਸੀ? ਬਾਹਰੋਂ ਲੋਕ ਤੋੜਿਆ ਉਹਨਾਂ ਨੇ। ਹਾਂ, ਆਹ ਕਮਰੇ ਦੀਆਂ ਮੇਰੇ ਦੀਆਂ ਚਾਬੀਆਂ ਉਧਰੋਂ ਲੱਭੀਆਂ ਮੇਰੇ ਦੂਜੇ ਕਮਰੇ ਚੋਂ। ਲੈਟਾਂ ਉਹੀ ਜਗਾਈਆਂ ਜਿਹੜੀਆਂ ਉਹਨਾਂ ਨੂੰ ਪਤਾ ਸੀ। ਫਾਲਤੂ ਲੈਟਾਂ ਨਹੀਂ ਜਗਾਈਆਂ, ਅਲਮਾਰੀ ਤੋੜੀ ਬਸ ਮੇਰੀ। ਅਲਮਾਰੀ ਤੋੜ ਕੇ ਸਾਰੀ ਅਲਮਾਰੀ ਭੰਨ ਕੇ ਸਮਾਨ ਕੱਢ ਲਿਆ, ਹੋਰ ਨਹੀਂ ਕੁਛ ਵੀ ਚੇੜਿਆ। ਕੀ ਮੰਗ ਕਰਦੇ ਹੋ? ਮੈਂ ਚਾਹੁੰਦੀ ਹਾਂ ਮੇਰੀ ਹੈਲਪ ਕੀਤੀ ਜਾਵੇ, ਇਨਸਾਫ ਦਿੱਤਾ ਜਾਵੇ। ਮੈਨੂੰ ਇਨਸਾਫ ਦਿੱਤਾ ਜਾਵੇ, ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਸਮਾਨ ਵਾਪਸ ਕੀਤਾ ਜਾਵੇ ਸਾਰਾ। ਮੌਕੇ ਤੇ ਜਾ ਕੇ ਮੈਂ ਦੇਖਿਆ ਸਮਾਨ ਜਿਹੜਾ ਇਹਨਾਂ ਦਾ ਖਿਲਰਿਆ ਪਿਆ ਸੀ। ਕਰੀਬ ਪਰਸੋਂ ਤੋਂ ਆਪਣੇ ਪੇਕੇ ਪਰਿਵਾਰ ਗਏ ਸੀ। ਹਾਂਜੀ, ਤੇ ਮੈਨੂੰ ਕੋਈ ਕਹਿੰਦੇ ਦੱਸ ਦਿੰਦੇ ਆ ਵੀ ਅੰਦਾਜ਼ਨ ਵੀ ਕੀ ਚੋਰੀ ਹੋਇਆ ਇਹਨਾਂ ਦਾ। ਹਾਂਜੀ, ਕੀ ਦਰਖਾਸਤ ਦੇ ਦਿੱਤੀ ਇਹਨਾਂ ਨੇ? ਹਾਂ, ਦਰਖਾਸਤ ਕਹਿੰਦੇ ਤੁਹਾਨੂੰ ਦੇ ਦਿੰਦੇ ਹਾਂ। ਕੀ ਇੱਥੇ CCTV ਕੈਮਰੇ ਵੀ ਲੱਗੇ ਹੋ? ਚੈੱਕ ਕਰ, CCTV ਕੈਮਰੇ ਵੀ ਚੈੱਕ ਕਰਾਂਗੇ, ਦੇਖ ਲਾਂਗੇ ਕੀ ਹਿਸਾਬ ਕਰਾਂਗੇ। ਠੀਕ ਹੈ।